ਹਾਰਦਿਕ ਸਵਾਗਤ ਕਰਦੇ ਹਾਂ ਜੀਨियस ਸਟੱਡੀ ਹੱਬ ਚੈਨਲ ਦੇ ਉੱਪਰ ਸੋ ਇਸ ਲੈਟਰ ਨੂੰ ਆਪਾਂ ਡਿਟੇਲ ਵਿੱਚ ਡਿਸਕਸ ਕਰਾਂਗੇ ਜੋ ਜਾਰੀ ਹੋਇਆ ਹੈ ਪੰਜਾਬ ਸਰਕਾਰ ਵੱਲੋਂ ਵਿੱਤ ਭਾਗ ਵੱਲੋਂ ਵਿੱਤ ਪੈਨਸ਼ਨ ਪਾਲਿਸੀ ਦੇ ਤਾਲਮੇਲ ਸਾਖਾਂ ਵੱਲੋਂ ਸੋ ਇਸ ਦੇ ਵਿੱਚ ਕਿਸ ਤਰ੍ਹਾਂ ਦੀ ਜਿਹੜੀ ਪ੍ਰਵਾਨਗੀ ਦੇਣ ਦਾ ਜਿਹੜਾ ਫੈਸਲਾ ਲਿਆ ਗਿਆ ਸੋ ਇਸ ਤੋਂ ਪਹਿਲਾਂ ਸਾਰਿਆਂ ਨੂੰ ਛੋਟੀ ਜਿਹੀ ਰਿਕਵੈਸਟ ਹੈ ਜਿਨ੍ਹਾਂ ਨੇ ਹਾਲੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਰੈੱਡ ਬਟਨ ਕਲਿੱਕ ਕਰਕੇ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਤੁਸੀਂ ਹਰ ਤਰ੍ਹਾਂ ਦੀ ਖਬਰ ਇਸ ਚੈਨਲ ਤੋਂ ਸੁਣ ਸਕੋ ਸੋ ਰੀਸੈਂਟ ਹੀ ਇਹ ਲੈਟਰ ਜਾਰੀ ਹੋਇਆ ਹੈ ਪੰਜਾਬ ਸਰਕਾਰ ਵਿੱਤ ਭਾਗ ਵਿੱਤ ਪੈਨਸ਼ਨ ਪਾਲਿਸੀ ਤੇ ਤਾਲਮੇਲਾ ਸ਼ਾਖਾ ਵੱਲੋਂ ਜਿਸ ਦੇ ਵਿੱਚ ਲਿਖਿਆ ਹੋਇਆ ਹੈ ਸੇਵਾ ਵਿਖੇ ਸੰਯੁਕਤ ਡਾਇਰੈਕਟਰ ਪਬਲਿਕ ਐਂਟਰਪ੍ਰਾਈਜ਼ਸ ਐਂਡ ਡਿਸ ਇਨਵੈਸਟਮੈਂਟ ਵਿੱਤ ਤੇ ਯੋਜਨਾ ਭਵਨ ਸੈਕਟਰ 33 ए ਚੰਡੀਗੜ੍ਹ ਇਸ ਦਾ ਵਿਸ਼ਾ ਹੈ ਇਨਹਾਂਸਮੈਂਟ ਇਨ ਪੇਮੈਂਟ ਆਫ ਗ੍ਰੈਜੂਇਟੀ ਫਰੋਮ 10 ਲੱਖ ਟੂ ਰੇਟ Uh, 20 ਲੱਖ ਅਪਰੂਵਡ ਦੇਰਫੋਰ देयर ऑफ ਸੰਯੁਕਤ ਡਾਇਰੈਕਟਰ ਡੀਪੀਈਡ ਕਿਰਪਾ ਕਰਕੇ ਆਪਣੀ ਤਜ਼ਵੀਜ਼ ਈ 40699 ਫਾਈਲ ਨੰਬਰ ਐਫ ਡੀ ਪੀ ਇਸ ਤੋਂ ਬਾਅਦ ਇੱਕ ਨੰਬਰ ਲਿਖਿਆ ਹੋਇਆ ਤੁਸੀਂ ਪੜ੍ਹ ਸਕਦੇ ਆ ਇਸ ਵੱਲ ਜੁਆਇੰਟ ਡਾਇਰੈਕਟਰ ਵੱਲ ਧਿਆਨ ਦੇਣ ਦੀ ਖੇਚਲ ਕਰਨ ਵਿੱਤ ਭਾਗ ਵੱਲੋਂ ਜਾਰੀ ਹਦਾਇਤਾਂ ਨੂੰ 281 ਮਿਤੀ 29 10 2021 ਅਨੁਸਾਰ ਅਤੇ ਪੇਮੈਂਟ ਆਫ ਗ੍ਰੈਜੂਇਟੀ ਅਮੈਂਡਮੈਂਟ ਜੋ ਇਹਦੇ ਵਿੱਚ ਕੀਤੀ ਐਕਟ 2018 ਤਹਿਤ 20 ਲੱਖ ਗ੍ਰੈਜੂਇਟੀ ਕਰਨ ਦੀ ਪ੍ਰਵਾਨਗੀ ਇਸ ਸ਼ਰਤ ਤੇ ਦਿੱਤੀ ਜਾਂਦੀ ਹੈ ਕਿ ਸਬੰਧਿਤ ਅਦਾਰਾ ਵਿੱਤੀ ਸਾਧਨਾਂ ਨੂੰ ਦੇਖਦੇ ਹੋਏ 10 ਲੱਖ ਤੋਂ 20 ਲੱਖ ਗ੍ਰੈਜੂਇਟੀ ਦੇਣ ਦਾ ਫੈਸਲਾ ਲਿਆ ਜਾਏਗਾ ਸਰਕਾਰ ਵੱਲੋਂ ਕੋਈ ਵਿੱਤੀ ਸਹਾਇਤਾ ਨਹੀਂ ਦਿੱਤੀ ਜਾਵੇਗੀ ਸੋ ਇਹ ਜੋ ਲੈਟਰ ਜਾਰੀ ਹੋਇਆ ਹੈ ਇਹ ਹੋਇਆ ਹੈ ਸੰਯੁਕਤ ਡਾਇਰੈਕਟਰ ਵੱਲੋਂ ਸੋ ਵਿੱਤ ਤੇ ਯੋਜਨਾ ਭਵਨ ਚੰਡੀਗੜ੍ਹ ਸੋ ਜਲਦੀ ਹੀ ਇਹ ਜਿਹੜਾ ਇਹਦੇ ਉੱਪਰ ਜਿਹੜੀ ਆਈ ਹੈਗੀ ਐ ਇਨਫੋਰਮੇਸ਼ਨ ਉਹ 29 ਤਰੀਕ ਨੂੰ ਹੀ ਆਈ ਹੈ ਕੁਝ ਦਿਨ ਪਹਿਲਾਂ ਹੀ ਸੋ ਇਸ ਤਰ੍ਹਾਂ ਦੀ ਲੈਟਰ ਤੁਸੀਂ ਆਫੀਸ਼ੀਅਲੀ ਇਸ ਚੈਨਲ ਤੋਂ ਪੜ੍ਹ ਸਕਦੇ ਹੋ ਕਿਉਂਕਿ ਹਰ ਤਰ੍ਹਾਂ ਦਾ ਨੋਟੀਫਿਕੇਸ਼ਨ ਅਸੀਂ ਤੁਹਾਡੇ ਨਾਲ ਡਿਸਕਸ ਕਰਦੇ ਹਾਂ ਚਾਹੇ ਜੋਬ ਦੇ ਨਾਲ ਸੰਬੰਧਿਤ ਹੋਵੇ ਚਾਹੇ ਮੁਲਾਜ਼ਮਾਂ ਦੇ ਹਰ ਪੱਖ ਨਾਲ ਤਨਖਾਹਾਂ ਨਾਲ ਗ੍ਰੈਜੂਇਟੀ ਨਾਲ ਤਾਂ ਉਹ ਅਸੀਂ ਤੁਹਾਡੇ ਨਾਲ ਆਫੀਸ਼ੀਅਲੀ ਡਿਸਕਸ ਕਰਦੇ ਰਹਿਣੇ ਆ ਸੋ ਜੁੜੇ ਰਹੋ ਇਸ ਚੈਨਲ ਦੇ ਨਾਲ ਤੇ ਵੱਤੂਆ ਸ਼ੇਅਰ ਜ਼ਰੂਰ ਕਰੋ ਤੇ ਰੈੱਡ ਬਟਨ ਕਲਿੱਕ ਕਰਕੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਜੋ ਤੁਹਾਡੇ ਨਾਲ ਸੰਬੰਧਿਤ ਹਰ ਖਬਰ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਜੀ